ਬਾਈ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲਾਗ ਵਿੱਚ। ਅਤੇ ਬਾਈ ਜੀ, ਰਾਤ 1:30 ਵਜੇ ਨਿਕਲੇ ਸੀ ਆਪਾਂ ਅਤੇ ਹੁਣ ਪਹੁੰਚ ਗਏ ਹਾਂ ਸ਼ਾਮਲੀ ਅਤੇ ਥੋੜ੍ਹੀ ਜਿਹੀ ਪਿੱਛੇ ਅਤੇ ਉਹ ਸਾਹਮਣੇ ਗੱਡੀ ਖੜ੍ਹੀ ਕੀਤੀ ਹੈ ਜੀ। 3:30 ਵਜੇ ਨਾਲ ਗੱਡੀ ਦਿੱਤੀ ਸੀ ਮੈਂ ਸੁੱਚੇ ਨੂੰ ਸਰਹੰਦ ਤੋਂ ਅਤੇ ਸੁੱਚਾ ਇੱਥੇ ਆ ਕੇ ਬ੍ਰੇਕ ਮਾਰੀ ਹੈ ਅਤੇ ਹੁਣ ਚਾਹ ਚੂ ਪੀ ਕੇ ਅਤੇ ਫਿਰ ਬਾਈ ਨਿਕਲਦੇ ਹਾਂ ਇੱਥੋਂ ਅਤੇ ਫਿਰ ਚੱਲਦੇ ਹਾਂ ਕੰਟੀਨਿਊ ਅਤੇ ਬਾਕੀ ਅੱਗੇ ਜਾ ਕੇ ਨਹਾਵਾਂ ਧੋਵਾਂਗੇ। ਠੀਕ ਹੈ ਜੀ, ਦਾਲਾਂ ਚਾਹ ਜਾਣ ਤੱਕ। ਅਤੇ ਇੱਥੇ ਮਿਲ ਗਿਆ ਆਪਣਾ ਲਾਡੀ, ਸੁੱਤਾ ਸੀ ਹੋਟਲ 'ਤੇ, ਦੇਖ ਸਕਦੇ ਹੋ ਐ ਧੋ ਰਿਹਾ ਮੂੰਹ। ਇਹਦੇ ਨਾਲ ਵੀ ਅੱਜ ਬਹੁਤ ਤਕੜਾ ਮਜ਼ਾਕ ਕੀਤਾ ਮੈਂ। ਲਾਡੀ, ਕੀ ਮਜ਼ਾਕ ਕੀਤਾ ਤੇਰੇ ਨਾਲ ਮੈਂ? ਜਲ ਜਲਦੀ ਆ ਚਾਹ ਵੀ। ਇਹ ਵਿਚਾਰਾ ਨਾ ਹੋਟਲ ਤੇ ਬਾਥਰੂਮ 'ਚ ਬੈਠਾ ਸੀਗਾ ਅਤੇ ਮੈਂ ਇਹਦੀ ਗੱਡੀ 'ਚ ਗਿਆ, ਮੈਂ ਕਿਹਾ ਸ਼ਾਇਦ ਗੱਡੀ ਹੋਣਾ, ਇਹਨੇ ਗੁਰਬਾਣੀ ਲਾਈ ਸੀ ਅਤੇ ਮੈਂ ਸੋਚਿਆ ਵੀ ਹੈ ਤਾਂ ਬਾਥਰੂਮ 'ਚ। ਮੈਂ ਬਾਥਰੂਮ ਦਾ ਦਰਵਾਜ਼ਾ ਜ਼ੋਰ ਜ਼ੋਰ ਕੇ 3-4 ਲੱਤਾਂ ਮਾਰੀਆਂ। ਇਹ ਵਿਚਾਰਾ ਹੈਰਾਨ ਪਰੇਸ਼ਾਨ ਹੋ ਗਿਆ ਵੀ ਕਿਹੜਾ ਬੰਦਾ ਜਿਹੜਾ ਦਰਵਾਜ਼ਾ ਹੀ ਭੰਨਣ ਲੱਗਾ। ਜਦੋਂ ਬਾਹਰ ਆਇਆ ਤਾਂ ਵਿਚਾਰਾ ਕਹਿੰਦਾ ਯਾਰ ਕਿਰਪਾਲ ਵੀਰ, ਤੂੰ ਪਤਾ ਬਸ ਇੱਦਾਂ ਹੀ ਮੈਨੂੰ ਤਾਂ ਪਰੇਸ਼ਾਨ ਕਰ ਦੇਣਾ ਵੀ ਕੌਣ ਆ ਗਿਆ। ਅਤੇ ਚਲੋ ਜੀ ਠੀਕ ਹੈ, ਪੀ ਕੇ ਚਾਹ ਨਿਕਲਦੇ ਇੱਥੋਂ ਜੀ। ਇਹ ਹੈ ਜੀ ਲਾਡੀ ਮੋਰਾ ਲੀਆ। ਬਾਈ ਜੀ, ਚਾਹ ਪਾਣੀ ਹੋ ਗਿਆ ਆਪਣਾ, ਹੁਣ ਆਪਾਂ ਨਿਕਲੇ ਹਾਂ। ਦੇਖ ਸਕਦੇ ਹੋ ਤੁਸੀਂ ਰਾਤ ਨੂੰ ਧੁੰਦ ਕਾਫੀ ਜਗ੍ਹਾ ਵਿੱਚ ਪਈ ਸੀ, 10-10 ਕਿਲੋਮੀਟਰ ਦੇ ਫਰਕ ਵਿੱਚ, ਜਿੱਥੇ ਕੋਈ ਖਾਲੀ ਜਗ੍ਹਾ ਉੱਥੇ ਧੁੰਦ ਕਾਫੀ ਸੀ। ਯੂਪੀ ਤਾਂ ਬਹੁਤ ਜ਼ਿਆਦਾ ਸੀ, ਹੁਣੇ ਹਟੀ ਆ ਥੋੜ੍ਹੀ। ਚਲੋ ਜੀ, ਟਾਈਮ ਵੀ ਹੋ ਗਿਆ 8:11 ਹੋ ਗਿਆ, ਪਿਛਲੇ ਚੱਕਰ ਜਿੰਨਾ ਟਾਈਮ ਹੋ ਗਿਆ। ਅਤੇ ਦੇਖਦੇ ਹੁਣ, ਕਿਉਂਕਿ ਅੱਜ ਕੱਲ੍ਹ ਯੂਪੀ ਦੇ ਵਿੱਚ ਬਹੁਤ ਹੀ ਜ਼ਿਆਦਾ ਗੰਦ ਪੈ ਚੁੱਕਿਆ, TI ਬਹੁਤ ਹੀ ਜ਼ਿਆਦਾ ਤੰਗ ਕਰਦੇ ਆ। ਚਲੋ ਕੋਈ ਨਾ, ਹੁਣ ਜਾਣਾ ਤਾਂ ਹੈਗਾ ਹੀ ਹੈ ਨਾ, ਕਿਉਂਕਿ ਟਾਈਮ ਦਾ ਮਾਲ ਭਰਿਆ। ਇੱਧਰ ਹੋ ਗਈ ਸੁੱਤਾ, ਆਪਾਂ ਬਰੇਲੀ ਦੇਖ ਸਕਦੇ ਹੋ, ਬਾਈਪਾਸ 'ਤੇ ਆਪਾਂ। ਚੱਲ ਰਹੇ ਹਾਂ ਰੈਗੂਲਰ, ਕਿਉਂਕਿ ਸਵੇਰੇ ਸ਼ਿਵਾ ਢਾਬੇ 'ਤੇ ਰੁਕੇ ਸੀ ਕੋਈ 11 ਵਜੇ ਨਾਲ, 11:30-11 ਵਜੇ ਨਾਲ ਰੋਟੀ ਰੋਟੀ ਖਾ ਕੇ ਉੱਥੋਂ ਨਿਕਲਿਆ। ਉਸ ਟਾਈਮ 'ਤੇ ਚੱਲ ਹੀ ਰਹੇ ਹਾਂ, ਹੁਣ ਫਰੀਦਪੁਰ ਜਾ ਕੇ ਦੇਖਦੇ ਹਾਂ ਯੂਰੀਆ ਪਾਉਣਾ ਗੱਡੀ 'ਚ। ਨਾਲੇ ਸਿੱਟੇ ਬਾਈ ਨੂੰ ਬੁਖਾਰ ਹੈ, ਉਹਦੀ ਵੀ ਦਵਾਈ ਲੈਣੀ ਆ। ਹੁਣ ਗੱਡੀ ਆਪਣੀ ਚੱਲ ਰਹੀ ਹੈ ਟਾਪੋ ਟਾਪ, 1 ਸਪੀਡ ਰੱਖੀ ਹੋਈ ਆ, 60 ਦੀ ਸਪੀਡ ਤੇ ਕਰੂਜ਼ ਮੋਡ ਲਾਇਆ ਹੋਇਆ, ਲੋੜ ਹੀ ਨਹੀਂ ਐਕਸੀਲੇਟਰ ਤੇ ਪੈਰ ਰੱਖਣ ਦੀ। ਅੱਜ ਤੇ ਵਲੌਗ ਵੀ ਨਹੀਂ ਸ਼ੂਟ ਹੋ ਪਾਇਆ, ਕਿਉਂਕਿ ਅੱਜ ਚੱਲਦੇ ਹੀ ਚੱਲਦੇ ਪਏ ਆਪਾਂ। ਬੰਦਾ ਕਿਤੇ ਸਟਾਪ ਸਟੂਪ ਕਰੇ ਫਿਰ ਬੰਦਾ ਵਲੌਗ ਸ਼ੂਟ ਕਰਦਾ। ਚਲੋ ਜੀ, ਤੁਸੀਂ ਬਣੇ ਰਹੋ ਸਾਡੇ ਨਾਲ, ਹੁਣ ਯੂਰੀਆ ਪਾਉਂਦੇ ਹਾਂ ਜਾ ਕੇ। ਅਜੇ ਟਾਈਮ ਹੋਇਆ
ਸਾਢੇ ਚਾਰ ਹੋਏ ਆ ਤੇ ਹਨੇਰਾ ਦੇਖੋ ਕਿੱਦਾਂ ਪੈ ਗਿਆ, ਮੌਸਮ ਵੀ ਇੱਦਾਂ ਖਰਾਬ ਹੀ ਆ। ਚਲੋ ਜੀ ਚੱਲ ਰਹੇ ਹਾਂ ਆਪਾਂ ਤੇ ਫਿਰ ਦੇਖਦੇ ਹਾਂ ਅੱਗੇ ਜਾ ਕੇ। ਹੁਣ ਲੋ ਜੀ ਮਿੱਤਰੋ ਸੁੱਚਾ ਹੋ ਗਿਆ ਬਿਮਾਰ ਅਤੇ ਹੁਣ ਆਏ ਹਾਂ ਆਪਾਂ ਅੰਕਲ ਜੀ ਉਹਨਾਂ ਕੋਲ ਲੈ ਕੇ ਇਹਨੂੰ ਅਤੇ ਕਰਾਉਂਦੇ ਹਾਂ ਚੈੱਕ ਕੀ ਚੱਕਰ ਹੋ ਗਿਆ। ਅੰਕਲ ਜੀ ਵੇਖੋ ਜ਼ਿਆਦਾ ਫਿਰ ਇਹਨੂੰ ਥਰਮਾਮੀਟਰ ਜਾਂ ਲਾ ਲਓ ਕੇ ਕੋਈ ਹਿਸਾਬ ਕਿਤਾਬ ਦਾ। ਇੰਜੈਕਸ਼ਨ ਲੱਗੂਗਾ ਜੀ ਇੰਜੈਕਸ਼ਨ। ਨਾੜੀ ਵੀ ਹੋ ਕੇ ਕਿਤੇ ਕਿਤੇ ਲੱਭਣੀ ਆ, ਦੇਖ ਸਕਦੇ ਹੋ ਜੀ ਗੁਰਦੁਆਰਾ ਸਾਹਿਬ ਉਹ ਸਾਹਮਣੇ ਗੱਡੀ ਖੜ੍ਹੀ ਆਪਣੀ ਅਤੇ ਹੁਣ ਇਹਨੂੰ ਦਵਾਈ ਦਵੂਈ ਦਵਾ ਕੇ ਕੰਮ ਕਰਦੇ ਹਾਂ। ਇੱਕ ਤਾਂ ਕੰਜਰ ਦਿਲ ਬੜੀ ਜਲਦੀ ਛੱਡ ਜਾਂਦਾ। ਚਲੋ ਜੀ ਹੁਣ ਇੰਜੈਕਸ਼ਨ ਲਗਵਾਉਂਦੇ ਇਹਨੂੰ ਅਤੇ ਦਵਾਈ ਦਵੂਈ ਦਵਾ ਕੇ ਫਿਰ ਨਿਕਲਦੇ ਹਾਂ ਇੱਥੋਂ ਜੀ। ਨਾੜੀ ਨਹੀਂ ਲੱਭਦੀ ਜੀ ਸੌਖੇ ਕਿਤੇ, ਚਲੋ ਜੀ ਲੱਭ ਗਈ ਨਾੜੀ ਫਾਈਨਲੀ। ਪਰ ਮੈਨੂੰ ਲੱਗਦਾ ਕਿ ਅਜੇ ਵੀ ਨਹੀਂ ਗੱਲ ਬਣੀ। ਦਰਦ ਹੋ ਰਹੀ ਇਹਨੂੰ ਵਿਚਾਰੇ ਨੂੰ, ਪਰ ਟੀਕਾ ਨਹੀਂ ਸਹੀ ਜਗ੍ਹਾ ਲੱਗ ਰਿਹਾ ਜੀ। ਨਾ 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 ਉਹ ਦਵਾਈ ਵਾਪਸ ਆ ਰਹੀ ਵਾਪਸ। ਅਤੇ ਦੇਖ ਸਕਦੇ ਹੋ ਤੁਸੀਂ ਜੀ ਪਹੁੰਚ ਚੁੱਕੇ ਹਾਂ ਅਸੀਂ ਸ਼ਾਹਜਹਾਨਪੁਰ ਗੁਰਦੁਆਰਾ ਸਾਹਿਬ ਅਤੇ ਹੁਣ ਜਾ ਰਹੇ ਹਾਂ ਲੰਗਰ ਛਕਣ। ਸੁੱਚੇ ਨੂੰ ਦਵਾਈ ਦਵਾਈ ਆ ਹੁਣ ਅਤੇ ਹੁਣ ਆਪ ਹੀ ਚੱਲਣਾ ਪੈਣਾ ਕਿਉਂਕਿ ਉਹ ਦਵਾਈ ਖਾ ਕੇ ਰੈਸਟ ਕਰੂਗਾ। ਅਤੇ ਲਓ ਜੀ ਜਿਹੜੇ ਅਜੇ ਤੱਕ ਇੱਧਰ ਨਹੀਂ ਆਏ ਤਾਂ ਜ਼ਰੂਰ ਦਰਸ਼ਨ ਕਰ ਸਕਦੇ ਹੋ ਜੀ ਗੁਰੂ ਘਰ ਦੇ। ਅਤੇ ਇਹ ਹੈਗਾ ਸਾਹਮਣੇ ਲੰਗਰ ਹਾਲ, ਉੱਪਰ ਰੂਮ ਆ ਸਾਰੇ ਅਤੇ ਥੱਲੇ ਲੰਗਰ ਹਾਲ ਆ। ਵਾਹਿਗੁਰੂ
ਦਿਓ ਬਾਬਾ ਜੀ ਵਾਟੇ ਜੀ। ਗੋਭੀ ਦੀ ਸਬਜ਼ੀ ਨਾਲ ਪ੍ਰਸ਼ਾਦੇ ਆ ਚੁੱਕੇ ਨਾ, ਹੁਣ ਛੱਕ ਰਿਹਾ ਆਪਾਂ ਜੀ। ਤਾਂ ਠੀਕ ਆ ਬਾਈ ਜੀ, ਲੰਗਰ ਪਾਣੀ ਆਪਾਂ ਛੱਕ ਲਿਆ, ਬਸ ਹੁਣ ਨਿਕਲ ਲੱਗੇ ਆਪਾਂ ਜੀ। ਹੁਣ ਚੜੀ ਚੱਲਦੇ ਹਾਂ, ਕੀ ਕਰਨਾ ਫਿਰ, ਸੁੱਚੇ ਨੇ ਤਾਂ ਦਵਾਈ ਖਾ ਕੇ ਕਰਨੀ ਆ ਰੈਸਟ, ਕਿਉਂਕਿ ਦਵਾਈ ਖਾ ਕੇ ਬੰਦਾ ਗੱਡੀ ਨਹੀਂ ਚਲਾ ਸਕਦਾ, ਨਾਲੇ ਸਿਹਤ ਵੀ ਉਹਦੀ ਢਿੱਲੀ ਆ। ਕੋਈ ਨਾ ਚਲਾਵਾਂਗਾ ਜਿੱਥੇ ਚਲੇਗੀ, ਜਿੱਥੇ ਲਾ ਕੇ ਸਾਈਡ ਘੰਟਾ ਦੋ ਘੰਟੇ ਰੈਸਟ ਕਰ ਲਵਾਂਗੇ। ਦੇਖ ਸਕਦੇ ਤੁਸੀਂ ਗੁਰੂ ਘਰ ਅਤੇ ਆ ਖੜੀ ਮੋਟਰ ਆਪਣੀ, ਯੂਰੀਆ ਪਾਉਣਾ ਅੱਗੇ ਜਾ ਕੇ ਪਾਵਾਂਗੇ, ਯੂਰੀਆ ਪਾਉਣਾ ਅੱਗੇ ਜਾ ਕੇ ਪਾ ਲਾਂਗੇ ਉੱਥੇ ਸੀਤਾਪੁਰ ਵਾਲੀ ਪਰਚੀ 'ਤੇ। ਕੱਪੜਾ ਮਾਰਛੜ ਬਸ ਠੀਕ ਆ, ਸ਼ੀਸ਼ੇ ਆਪਾਂ ਉੱਥੇ ਮਾਰ ਲਾਂਗੇ, ਜਾਂ ਮਾੜਾ ਕੱਪੜਾ ਮਾਰਛੜ। ਅਤੇ ਲਓ ਜੀ ਦੇਖ ਸਕਦੇ ਹੋ ਮੋਟਰ ਆਪਣੀ ਬਿਲਕੁਲ ਵਿੱਚ ਵਿੱਚ ਮਾਲ ਆ ਬਾਡੀ ਦੇ ਵਿੱਚ। ਅਤੇ ਚਲੋ ਬਾਈ ਜੀ ਨਿਕਲਦੇ ਹਾਂ ਹੁਣ ਆਪਾਂ, ਫਿਰ ਸੀਤਾਪੁਰ ਜਾ ਕੇ ਰੁਕਦੇ ਹਾਂ, ਉੱਥੇ ਯੂਰੀਆ ਯੂਰੀਆ ਪਾਉਣਾ। ਠੀਕ ਹੈ ਜੀ, ਬਣੇ ਰਹੋ ਤੁਸੀਂ ਸਾਡੇ ਨਾਲ ਜੀ। ਚੰਗਾ ਜੀ, ਸਤਿ ਸ਼੍ਰੀ ਅਕਾਲ। ਅਤੇ ਪਹੁੰਚ ਗਏ ਮਿੱਤਰੋ ਆਪਾਂ ਸੀਤਾਪੁਰ, ਦੇਖ ਸਕਦੇ ਹੋ ਤੁਸੀਂ, ਹਾਏ 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 ਹਾਏ, ਸੀਤਾਪੁਰ ਦੇ ਨਜ਼ਾਰਿਆਂ ਨੇ ਪੱਟਿਆ। ਅਤੇ ਬਾਈ ਜੀ ਰਾਤ ਦਾ ਵੱਜ ਗਿਆ ਇੱਕ, ਅਤੇ ਇੱਥੇ ਪਹੁੰਚ ਗਏ ਸੀ ਸੀਤਾਪੁਰ ਦੂਜੀ ਪਰਚੀ 'ਤੇ ਆਪਾਂ ਕੋਈ 11 ਵਜੇ ਨਾਲ, ਅਤੇ ਸੁੱਚਾ ਬਾਈ ਦਵਾਈ ਖਾ ਕੇ ਸੁੱਤਾ ਸੀ ਅਤੇ ਮੈਨੂੰ ਬਹੁਤ ਨੀਂਦ ਆ ਸੀ ਆ ਰਹੀ ਸੀ, ਅਤੇ ਮੈਂ ਵੀ ਲਾ ਕੇ ਗੱਡੀ ਇੱਥੇ ਸੋ ਗਿਆ। ਹੁਣ ਉੱਠੇ ਹਾਂ ਅਤੇ ਚਾਹ ਪਾਣੀ ਪੀਤਾ, ਬਸ ਹੁਣ ਨਿਕਲ ਲੱਗੇ ਹਾਂ। ਦੇਖ ਸਕਦੇ ਹੋ ਇਹ ਦੂਜੀ ਪਰਚੀ ਸੀਤਾਪੁਰ ਵਾਲੀ, ਹੁਣ ਨਿਕਲਦੇ ਹਾਂ, ਕੰਟੀਨਿਊ ਚੱਲਦੇ ਹਾਂ। ਹੁਣ 12 ਮੱਕੀ ਤੇਲ ਟੈਂਕੀਆਂ ਫੁੱਲ ਕਰਾਉਣੀਆਂ ਅਤੇ ਫਿਰ ਆਪੇ ਆਪਣਾ ਚੱਲਦੇ ਰਹਿਣਾ ਆਪਾਂ। ਚਲੋ ਜੀ ਅੱਜ ਦਾ ਵਲੌਗ ਕਰਦੇ ਹਾਂ ਇੱਥੇ ਐਂਡ ਬਾਈ ਜੀ, ਅਤੇ ਮਿਲਦੇ ਹਾਂ ਨੈਕਸਟ ਵਲੌਗ 'ਚ ਜਲਦੀ। ਅਤੇ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਅਤੇ ਜਿਹੜੇ ਵੀਰਾਂ ਨੇ ਇਹਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਵੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ। ਠੀਕ ਹੈ ਜੀ, ਜਦੋਂ ਤੁਹਾਨੂੰ ਇਜਾਜ਼ਤ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਵੱਖਰਾ ਸਟਾਈਲ ਬੀਬਾ ਵੱਖਰੀ।